14 फरवरी को होने वाली नगर कौंसल चुनाव के लिए कांग्रेसी पार्टी वालों धक्केशाही करन ते आम आदमी पार्टी के आगू जिला प्रधान बीबी भुपिंदर कौर, हलका प्रधान चंद सिंह गिल, सबका विधायक नरेश कटारिया, डॉक्टर अजमेर सिंह कालड़ा ते शमिंदर खिंडा वालों मेन चौंक जीरा के लिए धरना लगाया गया और कांग्रेस सरकार के विधायक कुलवीर सिंह जीरा के खिलाफ नारेबाजी की गई। इस मौके बोलते हुए वख-वख आगुओं वालों अपने अपने तर्क दिए गए। लगभग 2 बजे तकरीबन कैंडिडेट पहुंचे, क्यों नहीं तुम सवेरे पहुंचे जी? भाई जी जदों सानू इन्होंने इन्ने गुंडे बुला ले तो असी SSP DC साहब को वारी वारी जानते भी ये उत्थे बंदे बुलाई जाते हैं, साडा झगड़ा होगा फायदा कोई नहीं, तो वह कहें जी कोई गल नहीं। फिर जो आके अगले दिन असं तैयारी की 2 तरीक न, तो 2 तरीक वाले दिन फिर जो इन्होंने इन्ने गुंडे बुला ले असी फिर चुप कर गए। तो ठीक है असी भी बंदे बुला सकते ही, पर इन्होंने जो वेख्या भी इन्नी जनता बुलाई हुई आ, असी फिर DC साहब को गए सारे जने भी वो तो बंदे बुलाई जाते, कहते कोई नहीं उत्थे कुछ नहीं हुंदा। उन्होंने मेरे ख्याल 700-800 दे उत्ते ही आ जो फोर्स उत्थे ला दी, तो सानू हो गया भी हुण नहीं कुछ हुंदा। चलो असी करदे करदे इन्होंने सानू सद्या, गलबात तय की, उहदे करके असी 12 बजे के करीब इन्हों के सपुरद करते आ बंदे। तो भाई जी उत्थे टाइम कितना लगता, एक बंदे दे वध तों 5 नहीं 7 मिंट लगते आ। तो 17 कैंडीडेट आ, दूजिया ने कांग्रेस ने तो पहला करा ही लिया सी, इन्होंने की किया आपदे होर बंदे नकली जड़िया फाइलां फड़ा के खड़े करते टाइम खराब करने वास्ते कर दते। उदू बाद जो रह गए 15-20 मिंट उदों उन्होंने आके वट्टे मारने शुरू करते। उही गल मैं कल ADC साहब नूं कहा, मैं कहा दसो तुहानूं कल उदन अही परसों कहा नहीं भी इन्होंने इट्टां उत्थे तोड़ तोड़ के रखियां। इहनूं कसूर किहनूं मानदे, तुसीं प्रशासन नूं मानदे जां पोलिटिकल नूं मानदे हो? भाई जी वेखो प्रशासन MLA ਦੇ ਹਿਸਾਬ ਨਾਲ ਚੱਲਦਾ, MLA ਕਹਿੰਦਾ, ਇਹ ਸਾਰਾ MLA ਦੇ ਆ ਦੋਸ਼। ਜੋ MLA ਨੇ ਅੱਜ ਇਹ ਘਟਨਾ ਕੀਤੀ ਆ ਇਹ ਮੜੀ ਮਾੜੀ ਗੱਲ ਆ। ਇਹ ਲੋਕਾਂ ਨੂੰ ਕਦੇ ਉੱਥੇ ਪਿੱਛੋਂ ਇੱਕ ਦਿਨ ਇਹਨਾਂ ਚੌਂਕ ਦੇ ਵਿੱਚ ਬੋਲ ਰਿਹਾ ਸੀਗਾ, ਇਹ ਤੁਹਾਨੂੰ ਫਸਾਈ ਜਾਂਦੇ ਐਵੇਂ ਕਦੇ ਸਾਰੇ MLA ਦੇ ਦੂਜੇ ਕੈਂਡੀਡੇਟਾਂ ਦੇ ਘਰੇ ਫੋਨ ਕੀਤੇ ਨੇ, ਮੈਨੂੰ ਵੀ ਕੀਤਾ ਦਬਾਉਣ ਵਾਸਤੇ। ਮੈਂ ਇਹ ਗੱਲ ਦੱਸ ਕੇ ਆਇਆ DC ਸਾਹਿਬ ਨੂੰ ਵੀ, ਇਹਦਾ ਕੀ ਮਤਲਬ ਕੈਂਡੀਡੇਟਾਂ ਨੂੰ ਫੋਨ ਕਰਨ ਦਾ? ਕਦੇ ਕਹਿੰਦਾ ਨਰੇਸ਼ ਕਟਾਰੀਆ ਆਪਦੀ ਭੈਣ ਖੜੀ ਕਰੇ, ਉਹ ਆਪਦੇ ਪਰਿਵਾਰ ਨੂੰ ਖੜਾ ਕਰੇ, ਸ਼ਮਿੰਦਰ ਖਿੰਡਾ ਆਪਦੇ ਪਰਿਵਾਰ ਨੂੰ ਖੜਾ ਕਰੇ, ਉਹ ਤਾਂ ਕਿਤੇ ਦੂਰ ਦੀ ਗੱਲ ਆ। ਤੂੰ ਆ ਇੱਧਰ ਦੇ ਅਸਤੀਫਾ ਵੇਖ ਲੈਣੇ ਮੈਦਾਨ 'ਚ, ਨਹੀਂ ਤਾਂ 4 ਮਹੀਨੇ ਰਹਿ ਗਏ, ਕੋਈ ਨਹੀਂ ਪਤਾ ਲੱਗ ਜੂਗਾ ਕੀ ਭਾਅ ਤੁਲਦੀ ਆ। ਬਾਈ ਜੀ ਇੱਕ ਗੱਲ ਚੰਗੀ ਨਹੀਂ ਗੀ, ਮੈਂ ਵਰਕਰਾਂ ਨੂੰ ਵੀ ਸੰਗਤ ਨੂੰ ਵੀ ਬੇਨਤੀ ਕਰਦਾ ਵੀ ਭਰਾਓ ਤੁਸੀਂ ਇਹ ਕੰਮ 'ਚ ਨਾ ਆਓ, ਇਹਨਾਂ ਨੇ ਆਪਣੀਆਂ ਪਬਲਿਕ ਦੀਆਂ ਸੰਗਤ ਦੀਆਂ ਦੁਸ਼ਮਣੀਆਂ ਪਵਾ ਦੇਣੀਆਂ, ਕੀ ਫਾਇਦਾ? ਮੁੜ ਕੇ ਇਹਨਾਂ ਨੇ ਤਾਂ ਜਹਾਜ਼ ਚੜ੍ਹ ਗਏ, ਅਮਰੀਕਾ ਕੈਨੇਡਾ ਤੁਰ ਜਾਣਾ ਤੇ ਕੱਲ ਨੂੰ ਕਿੰਨੇ ਖਮਿਆਜਾ ਭੁਗਤਣਾ। ਸਰ ਤੁਹਾਡੇ ਵੱਲੋਂ ਕੈਂਡੀਡੇਟਸ ਦੀ ਸਪੋਰਟ ਦੇ ਵਿੱਚ ਕੋਈ ਆਗੂ ਭੇਜੇ ਗਏ ਸੀਗੇ? MLA ਆਏ ਸੀਗੇ, ਕੁਲਤਾਰ ਸਿੰਘ ਜੀ ਸੰਧਵਾ MLA ਆਏ, ਇੱਕ ਸਾਡਾ ਸੰਧੋਆ ਸਾਹਿਬ MLA ਆਏ, ਹੋਰ ਵੀ ਕਾਫੀ ਜ਼ਿਲ੍ਹਾ ਲੈਵਲ ਦੇ ਜਿਹੜੇ ਵੀ ਆ ਆਮ ਆਦਮੀ ਪਾਰਟੀ ਦੇ ਵਰਕਰ ਉਹ ਵੀ ਆਏ, ਲੀਡਰ ਵੀ ਆਏ, ਪਰ ਕਿਸੇ ਨੇ ਕਿਸੇ ਦੀ ਕੋਈ ਨਹੀਂ ਸੁਣੀ। ਅਸੀਂ ਉਹਨਾਂ ਦੇ ਯਕੀਨ ਕਰਕੇ, ਸਾਡੇ ਕੋਲ ਵੀਡੀਓ ਹੈਗੀਆਂ ਵਾ ਜਿਹੜਾ ਕਿ ਅਸੀਂ ਉਹਨਾਂ ਨੂੰ ਵਾਰੀ ਵਾਰੀ ਇਹ ਗੱਲ ਕਹੀ ਆ, ਇਹ ਤੁਹਾਡੀ ਜ਼ਿੰਮੇਵਾਰੀ ਆ, ਜਿਵੇਂ ਬੰਦੇ ਲੈ ਕੇ ਗਏ ਜੇ ਉਵੇਂ ਦੇ ਦੇਣੇ, ਪਰ ਉੱਥੇ ਜਾ ਕੇ ਜੋ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਉਹ ਸਾਰੀ ਦੁਨੀਆ ਨੇ ਵੇਖਿਆ, ਉਹਦੀਆਂ ਵੀਡੀਓ ਵੀ ਹੈਗੀਆਂ ਸਾਡੇ ਇੱਕ ਇੱਥੋਂ 14 ਵਾਰਡ ਦੇ ਵਿੱਚੋਂ ਭੋਲਾ ਜੀ ਆ, ਉਹਦਾ ਇਹਨਾਂ ਨੇ ਉਹਦੀ ਪੱਗ ਉਤਾਰਤੀ, ਜਦੋਂ ਕਿ ਸਿੱਖੀ ਦਾ ਸਭ ਤੋਂ ਆਪਾਂ ਮਾਣ ਸਤਿਕਾਰ ਕਰਦੇ ਹਾਂ ਪਗੜੀ ਦਾ, ਪਰ ਇਹ ਕਿੱਡੀ ਘਟੀਆ ਗੱਲ, ਇਹਨਾਂ ਨੇ ਕਿੱਡੀ ਘਨੌਣੀ ਹਰਕਤ ਕੀਤੀ ਆ, ਉਹਦੀ ਪਗੜੀ ਉਤਾਰਤੀ, ਇੱਟੇ ਮਾਰੇ ਲੇਡੀਜ਼ ਨੂੰ, ਇੱਟੇ ਮਾਰੇ ਕਈਆਂ ਦੇ ਵੱਜੇ ਆ। ਪਰ ਬਾਈ ਜੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ, ਚੋਣ ਕਮਿਸ਼ਨ ਨੂੰ ਵੀ ਇਹ ਜਿਹੜਾ ਵਾ ਇਹ ਇਲੈਕਸ਼ਨ ਰੱਦ ਕਰਕੇ ਇਲੈਕਸ਼ਨ ਦੁਬਾਰਾ ਕਰਾਇਆ ਜਾਵੇ, ਇਹ ਕੋਈ ਇਲੈਕਸ਼ਨ ਨਹੀਂ ਗਾ, ਲੋਕਤੰਤਰ ਦਾ ਘਾਣ ਕੀਤਾ ਗਿਆ ਵਾ, ਸਾਨੂੰ ਇਨਸਾਫ ਦਿੱਤਾ ਜਾਵੇ, ਇੰਨੀ ਬੇਨਤੀ ਆ ਸਾਡੀ। ਧਰਨੇ ਦਾ ਕੱਲ੍ਹ ਇੱਥੇ ਕਾਗਜ਼ ਭਰੇ ਜਾਣੇ ਸੀ, ਜਿਹੜਾ ਜ਼ੀਰਾ ਮਿਊਂਸਪਲ ਕਮੇਟੀ ਦੇ ਇਲੈਕਸ਼ਨ ਹੋ ਰਹੇ ਸੀ, ਉਹਦੇ ਵਿੱਚ ਜਦੋਂ ਅਸੀਂ ਆਪਣੇ ਬੰਦੇ ਪੁਲਿਸ ਦੇ ਕਹਿਣ 'ਤੇ ਉਹਨਾਂ ਦੇ ਸਪੁਰਦ ਕਰਦੇ ਕਿ ਇਹਨਾਂ ਦੇ ਕਾਗਜ਼ ਭਰਵਾਏ ਜਾਣਗੇ ਸ਼ਾਂਤੀ ਦੇ ਨਾਲ, ਉਸ ਤੋਂ ਬਾਅਦ ਕਿਸੇ ਦੇ ਵੀ ਪੇਪਰ ਨਹੀਂ ਲਏ ਗਏ, ਇਸ ਕਰਕੇ ਉਹਦੇ ਰੋਸ ਵਜੋਂ ਇਹ ਧਰਨਾ ਜਿੱਥੇ ਕੀਤਾ ਜਾ ਰਿਹਾ, ਇੱਥੋਂ ਦੇ MLA ਦੀ ਗੁੰਡਾਗਰਦੀ ਦੇ ਖਿਲਾਫ ਇਹ ਧਰਨਾ, ਪੰਜਾਬ ਸਰਕਾਰ ਦੇ ਖਿਲਾਫ ਇਹ ਧਰਨਾ ਅੱਜ ਦਾ ਜਿਹੜਾ ਹੈਗਾ।
ਤੁਹਾਡਾ ਜਿਹੜਾ ਧਰਨਾ ਹੈਗਾ ਤੁਸੀਂ ਕੀ ਸਰਕਾਰ ਤੋਂ ਕੀ ਮੰਗ ਕੀ ਕਰਨਾ ਚਾਹੁੰਦੇ ਅੱਜ ਜਿਹੜੇ ਧਰਨੇ ਅਸੀਂ ਮੰਗ ਇਹ ਕਰਦੇ ਸਰਕਾਰ ਕੋਲੋਂ ਕਿ ਸਾਰੀ ਇਲੈਕਸ਼ਨ ਦੀ ਪ੍ਰਕਿਰਿਆ ਜਿਹੜੀ ਮਿਊਂਸੀਪਲ ਕਮੇਟੀ ਦੀ ਉਹ ਰੱਦ ਕੀਤੀ ਜਾਵੇ ਨਵੇਂ ਸਿਰਿਓਂ ਕਾਗਜ਼ ਭਰਵਾਏ ਜਾਣ ਤਾਂ ਕਿ ਲੋਕਾਂ ਦੀ ਆਮ ਰਾਏ ਦਾ ਪਤਾ ਜਿਹੜਾ ਲੱਗ ਸਕੇ ਮੈਂ ਸਮਝਦਾ ਕਿ ਜਿਹੜੀ ਕਾਂਗਰਸ ਸਰਕਾਰ ਹੈ ਉਹ ਨੈਤਿਕ ਤੌਰ ਦੇ ਉੱਤੇ ਹਾਰ ਚੁੱਕੀ ਹੈ ਬਹੁਤਾ ਸਮਾਂ ਬਚਿਆ ਨਹੀਂ 22 ਦੇ ਇਲੈਕਸ਼ਨ ਲਾਉਣ ਦੇ ਵਿੱਚ ਵੀ ਪਰ ਉਸ ਤੋਂ ਪਹਿਲਾਂ ਹੀ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਲੋਕਾਂ ਦਾ ਸਾਹਮਣਾ ਕਰਨ ਤੋਂ ਭੱਜ ਰਿਹਾ ਇਹ ਕੋਈ ਬਹੁਤਾ ਬਹਾਦਰੀ ਵਾਲੀ ਗੱਲ ਨਹੀਂ ਜਿਹਦੀ ਸਰਕਾਰ ਹੋਏ ਉਹ ਇੱਦਾਂ ਦੀ ਜਿਹੜੀ ਗੁੰਡਾਗਰਦੀ ਕਰਦਾ ਹੀ ਹੈ ਪਰ ਅਸੀਂ ਇਹਨੂੰ ਦੱਸ ਦੇਣਾ ਚਾਹੁੰਦੇ ਹਾਂ ਕੁਲਵੀਰ ਜੀਰੇ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਕਿ ਸਮਾਂ ਆਏਗਾ ਬਹੁਤ ਛੇਤੀ ਸਮਾਂ ਆਉਣ ਵਾਲਾ ਲੋਕ ਆਮ ਆਦਮੀ ਪਾਰਟੀ ਦੇ ਨਾਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਵਾਲੀ ਹੈ ਉਹ ਦਿਨ ਦੂਰ ਨਹੀਂ ਔਰ ਅਸੀਂ ਇੱਕ ਇੱਕ ਜਿਹੜਾ ਹਰ ਚੀਜ਼ ਦਾ ਇਹਨਾਂ ਕੋਲੋਂ ਹਿਸਾਬ ਲਵਾਂਗੇ ਨੋਮੀਨੇਸ਼ਨਾਂ ਦੀ ਕੱਲ੍ਹ ਡੇਟ ਲੰਘ ਚੁੱਕੀ ਹੈ ਅੱਜ ਧਰਨਾ ਲੱਗਾ ਕਿਉਂ ਲੱਗਾ ਜੀ ਭਾਅ ਜੀ ਇਹ ਧਰਨਾ ਸਾਡਾ ਤੁਹਾਨੂੰ ਪਤਾ ਜੀ ਸਾਰਿਆਂ ਨੂੰ ਮੀਡੀਆ ਨੂੰ ਵੀ ਪਤਾ ਹੈ ਵੀ ਕੱਲ੍ਹ ਜੋ ਵੀ ਇੱਥੋਂ ਦੇ ਐਮਐਲਏ ਹਰਕਤ ਕੀਤੀ ਹੈ ਜੋ ਕਿ ਇਹਨਾਂ ਨੇ ਇਲੈਕਸ਼ਨ ਨਹੀਂ ਹੋਣ ਦਿੱਤੇ ਇਕੱਲਾ ਕਾਂਗਰਸ ਹੀ ਇਕੱਲੀ ਇਲੈਕਸ਼ਨ ਲੜ ਸਕਦੀ ਹੋਰ ਕਿਸੇ ਨੂੰ ਅਧਿਕਾਰ ਨਹੀਂ ਹੈਗਾ ਪਹਿਲਾਂ ਅਕਾਲੀਆਂ ਨੇ ਹਰਕਤਾਂ ਕੀਤੀਆਂ ਕਾਂਗਰਸ ਹਰਕਤਾਂ ਕਰ ਰਿਹਾ ਇਹ 'ਚ ਆਮ ਪਾਰਟੀ ਦਾ ਕੀ ਕਸੂਰ ਆਮ ਪਾਰਟੀ ਨੂੰ ਕਾਗਜ਼ ਕਿਉਂ ਨਹੀਂ ਭਰਨ ਦਿੱਤੇ ਇਸ ਚੀਜ਼ ਦਾ ਅਸੀਂ ਵਿਰੋਧ ਕਰਦੇ ਹੋਏ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਵੀ ਸਾਨੂੰ ਜੋ ਵੀ ਐਮਐਲਏ ਹਰਕਤਾਂ ਕਰ ਰਿਹਾ ਘਟੀਆ ਹਰਕਤਾਂ ਕਰ ਲੈ ਸਾਨੂੰ ਅਸੀਂ ਪਹਿਲਾਂ ਵੀ ਅਸੀਂ ਫਿਰੋਜ਼ਪੁਰ ਵੀ ਦੋ ਦਿਨ ਕਰਦੇ ਨੇ ਫਿਰੋਜ਼ਪੁਰ ਵੀ ਇਹੀ ਹਾਲ ਰਿਹਾ ਠੀਕ ਹੈ ਉੱਥੇ ਵੀ ਅਸੀਂ ਐਸਡੀਐਮ ਨੇ ਚਲੋ ਸਾਡੇ ਕੱਲ੍ਹ ਫਿਰੋਜ਼ਪੁਰ ਕਾਗਜ਼ ਭਰੇ ਗਏ ਪਰ ਜਿਹੜੇ ਉੱਥੋਂ ਦੇ ਸਾਨੂੰ ਲੇਡੀਜ਼ ਨੂੰ ਇੱਕ ਅਵਾਰਾ ਗਾਂ ਜਾਂ ਅਵਾਰਾ ਪਸ਼ੂ ਕਹਿ ਰਹੇ ਆ ਉਹ ਸਾਨੂੰ ਬਰਦਾਸ਼ਤ ਨਹੀਂ ਹੈਗਾ ਜੀ ਇੱਕ ਤੁਹਾਡੇ ਜਦੋਂ ਪ੍ਰੋਟੈਸਟ ਹੋ ਚੁੱਕਿਆ ਸੀ ਉਸ ਤੋਂ ਬਾਅਦ ਅਕਾਲੀਆਂ ਨੇ ਧਰਨਾ ਲਾ ਲਿਆ ਸੀਗਾ ਅਤੇ ਤੁਸੀਂ ਉਹਨਾਂ ਨੇ ਇਹੀ ਆਖਿਆ ਸੀਗਾ ਵੀ ਅਸੀਂ ਜਿਹੜੇ ਨੋਮੀਨੇਸ਼ਨ ਭਰ ਕੇ ਜਾਵਾਂਗੇ ਪਰ ਤੁਹਾਡਾ ਵੀ ਇਹ ਕੋਈ ਮਸਤਕ ਹੈ ਵੀ ਦੁਆਰਾ ਭਰਨ ਦਾ ਜੇ ਅਸੀਂ ਭਰਾਂਗੇ ਸਾਨੂੰ ਮੌਕਾ ਦਿੱਤਾ ਜਾ ਅਸੀਂ ਜ਼ਰੂਰ ਭਰਾਂਗੇ ਤੁਸੀਂ ਮੰਗ ਕਰਦੇ ਇਲੈਕਸ਼ਨ ਕਮਿਸ਼ਨ ਹਾਂ ਜੀ ਅਸੀਂ ਮੰਗ ਕਰਦੇ ਹਾਂ ਵੀ ਸਾਡੇ ਕਾਗਜ਼ ਭਰਾਏ ਜਾਣ ਅਸੀਂ ਇਲੈਕਸ਼ਨ ਲੜਾਂਗੇ ਠੀਕ ਹੈ ਜੀ ਹਾਂਜੀ ਮੈਂ ਸ਼ਮਿੰਦਰ ਸਿੰਘ ਖਿੰਡਾ ਆਮ ਆਦਮੀ ਪਾਰਟੀ ਜੀਰਾ ਤੋਂ ਸੇਵਾਦਾਰ ਅਤੇ ਤੁਹਾਨੂੰ ਅੱਜ ਪਤਾ ਹੀ ਹੈ ਕਿ ਅਸੀਂ ਅੱਜ ਇਸ ਇੱਥੇ ਕਿਸ ਮਕਸਦ ਵਾਸਤੇ ਜਿਹੜਾ ਧਰਨਾ ਪ੍ਰੋਟੈਸਟ ਕੀਤਾ ਕਿ ਜਿਹੜਾ ਕੱਲ੍ਹ ਲੋਕਲ ਐਮਐਲਏ ਦੀ ਸ਼ਹਿਰ ਦੇ ਉੱਤੇ ਜਿਹੜਾ ਲੋਕਤੰਤਰ ਦਾ ਘਾਣ ਕੀਤਾ ਗਿਆ ਤੁਹਾਡੇ ਸਾਰਿਆਂ ਨੂੰ ਪਤਾ ਹੀ ਕਿ ਲੋਕਤੰਤਰ ਦਾ ਘਾਣ ਕੀ ਇੱਕ ਡੈਮੋਕ੍ਰੇਸੀ ਇੱਕ ਅਧਿਕਾਰ ਹੈ ਹਰ ਇੱਕ ਇਨਸਾਨ ਨੂੰ ਵੋਟ ਪਾਉਣ ਦਾ ਅਤੇ ਵੋਟਾਂ ਦੇ ਵਿੱਚ ਇਲੈਕਸ਼ਨ ਲੜਨ ਦਾ ਪਰ ਤੁਸੀਂ ਇਹ ਕੱਲ੍ਹ ਦੇਖੋ ਕਿ ਕੱਲ੍ਹ ਲਗਾਤਾਰ 1-2-3 ਤਰੀਕ ਤੋਂ ਤਿੰਨ ਜਿਹੜੇ ਆਪਣਾ ਨੋਮੀਨੇਸ਼ਨ ਜਿਹੜੀਆਂ ਡੇਟਾਂ ਸੀਗੀਆਂ ਤਿੰਨ ਦਿਨ ਦੇ ਵਿੱਚ ਤੁਹਾਨੂੰ ਪਤਾ ਪਹਿਲੇ ਦਿਨ 1 ਤਰੀਕ ਨੂੰ ਜਦੋਂ ਇਹਨਾਂ ਨੇ ਕਾਂਗਰਸ ਦੇ ਕੈਂਡੀਡੇਟਾਂ ਦੀਆਂ ਫਾਈਲਾਂ ਸਬਮਿਸ਼ਨ ਕਰਵਾ ਦਿੱਤੀਆਂ ਸੀਗੀਆਂ ਅਤੇ ਉਸ ਤੋਂ ਬਾਅਦ 2-3 ਤਰੀਕ ਨੂੰ ਤੁਸੀਂ ਦੇਖੋ ਕਿ ਜਿੰਨੇ ਵੀ ਉਹਨਾਂ ਦੇ ਕੈਂਡੀਡੇਟਾਂ ਨੇ ਫਾਈਲਾਂ ਭਰੀਆਂ ਸੀ ਉਹਨਾਂ ਦੇ ਨਾਲ ਗੁੰਡੇ ਅੰਦਰ ਖਿਲਾਰੇ ਗਏ ਅਤੇ ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਕਿ ਤੁਸੀਂ ਆਪਣੇ ਕੈਂਡੀਡੇਟਸ ਦੇ ਦਿਓ ਅਸੀਂ ਉਹਨਾਂ ਦੀ ਸਬਮਿਸ਼ਨ ਕਰਵਾ ਕੇ ਪਹਿਲਾਂ ਅਸੀਂ 2 ਦਿਨ ਪਹਿਲਾਂ 1-2 ਤਰੀਕ ਨੂੰ ਏਡੀ ਆਪਣਾ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਅਤੇ ਸਾਰੇ ਪ੍ਰਸ਼ਾਸਨ ਨੂੰ ਇਹ ਗੱਲ ਤੋਂ ਜਾਣੂ ਕਰਵਾਇਆ ਕਿ ਜੀਰੇ ਦੇ ਵਿੱਚ ਇਹੋ ਜਿਹਾ ਘਟਨਾਕ੍ਰਮ ਹੋ ਸਕਦਾ ਹੈ ਪਲੀਜ਼ ਇੱਥੇ ਸਿਕਿਉਰਿਟੀ ਪ੍ਰੋਵਾਈਡ ਕਰਵਾਈ ਜਾਵੇ ਸਾਡੇ ਜਿਹੜੇ ਹੈਗੀ ਆਪਣਾ ਕੈਂਡੀਡੇਟਾਂ ਦੀ ਸੁਰੱਖਿਆ ਜਿਹੜੀ ਉਹਨਾਂ ਨੂੰ ਮੁਹੱਈਆ ਕਰਵਾਈ ਜਾਵੇ ਉਹਨਾਂ ਤੋਂ ਉਹਨਾਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੂੰ ਪਰ ਫਿਰ ਦੇਖੋ ਤੁਸੀਂ ਉਸ ਤੋਂ ਬਾਅਦ ਵੀ ਜਿੰਨੇ ਵੀ ਕੈਂਡੀਡੇਟ ਸਾਡੇ ਜਿਵੇਂ ਸੁਨੀਲ ਗਰੋਵਰ ਜੀ ਨੇ ਸੋਤਾ ਸਾਹਿਬ ਨੇ ਜਿੰਨੇ ਵੀ ਸਾਰਿਆਂ ਘਰ ਪੁਲਿਸ ਫੋਰਸ ਜਾਂਦੀ ਰਹੀ ਬਿਨਾਂ ਕਿਸੇ ਐਫ ਆਈ ਆਰ ਤੋਂ ਬਿਨਾਂ ਕਿਸੇ ਐਪਲੀਕੇਸ਼ਨ ਤੋਂ ਉਸ ਤੋਂ ਬਾਅਦ ਕੱਲ੍ਹ ਜਦੋਂ ਸਾਨੂੰ ਐਸ ਪੀ ਹੈੱਡਕੁਆਰਟਰ ਸਾਹਿਬ ਨੇ ਡੀ ਐਸ ਪੀ ਨੇ ਐਸ ਐਚ ਓ ਸਾਹਿਬ ਨੇ ਕਿਹਾ ਕਿ ਤੁਸੀਂ ਆ ਕੇ ਆਪਣੇ ਇਕੱਲੇ ਕੈਂਡੀਡੇਟਸ ਦੇ ਦਿਓ ਅਤੇ ਤੁਸੀਂ ਆਪਣੇ ਜਿਹੜੇ ਪੇਪਰ ਸਬਮਿਸ਼ਨ ਕਰਵਾ ਤੁਹਾਡੇ ਕਰਵਾ ਦਿੱਤੇ ਜਾਣਗੇ ਉਸ ਤੋਂ ਬਾਅਦ ਅਸੀਂ ਇਹ ਗੱਲ ਤੋਂ ਸਾਡੇ ਦੋ ਐੱਮ ਐੱਲ ਏ ਸਾਹਿਬਾਨ ਵੀ ਆਏ ਸੀਗੇ ਅਮਰਜੀਤ ਸਿੰਘ ਸੰਦੋਵਾ ਜੀ ਅਤੇ ਕੁਲਤਾਰ ਸਿੰਘ ਸੰਧਵਾ ਜੀ ਦੋਨੋਂ ਐੱਮ ਐੱਲ ਏ ਸਾਹਿਬਾਨ ਆਏ ਅਸੀਂ ਇੱਥੋਂ ਉੱਥੋਂ ਤੱਕ ਪਹੁੰਚੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਤੁਸੀਂ ਦੋ ਜਣੇ ਪਹੁੰਚੋ ਉੱਥੇ ਨਾਲ ਆ ਜਾਓ ਚਲੋ ਮੈਂ ਉੱਥੇ ਕੈਂਡੀਡੇਟਸ ਦੇ ਨਾਲ ਜਿੱਥੋਂ ਤੱਕ ਆਪਣੇ ਮੈਜਿਸਟਰੇਟ ਸਾਹਿਬ ਬੈਠੇ ਸੀਗੇ ਬੈਰੀਗੇਟ ਸੀ ਜਿੱਥੇ ਲਾਸਟ ਉੱਥੋਂ ਦੇ ਉੱਥੋਂ ਤੱਕ ਜਾ ਕੇ ਕੈਂਡੀਡੇਟ ਉਹਨਾਂ ਦੇ ਹੈਂਡ ਓਵਰ ਕਰਤੇ ਉਹਨਾਂ ਨੂੰ ਇਹ ਗੱਲ ਦਾ ਉਹਨਾਂ ਨੂੰ ਕਿਹਾ ਵਿਸ਼ਵਾਸ ਦਵਾਇਆ ਜਾਵੇ ਸਾਨੂੰ ਜਿਵੇਂ ਕੈਂਡੀਡੇਟ ਤੁਹਾਨੂੰ ਦਿੱਤੇ ਉਵੇਂ ਸਾਡੇ ਕੈਂਡੀਡੇਟ ਵਾਪਸ ਹੋਣੇ ਚਾਹੀਦੇ ਆ ਉਵੇਂ ਕੈਂਡੀਡੇਟ ਵਾਪਸ ਹੋਣੇ ਚਾਹੀਦੇ ਆ ਪਰ ਤੁਸੀਂ ਇਹ ਗੱਲ ਦੇਖੋ ਕਿ ਜਦੋਂ 3:10 ਰਹਿ ਗਏ ਉੱਥੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਉਹਨਾਂ ਦੇ ਜਿਹੜੇ ਸੀਗੇ ਕਾਂਗਰਸ ਦੇ ਜਿਹੜੇ ਗੁੰਡੇ ਅੰਦਰ ਖਿਲਾਰੇ ਹੋਏ ਸੀ ਉਹਨਾਂ ਨੇ ਐੱਮ ਐੱਲ ਏ ਦੀ ਸ਼ਹਿਰ ਅਤੇ ਪ੍ਰਸ਼ਾਸਨ ਮੈਂ ਸਮਝਦਾ ਇੱਕ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਉਹਨਾਂ ਨੇ ਇੰਨਾ ਘਟੀਆ ਮੈਂ ਕਹਿੰਦਾ ਵਾ ਲਾ ਨਾ ਸ਼ਮਿੰਦਰ ਜੀ ਕੁਛ ਦਿਨ ਪਹਿਲਾਂ ਕੁਲਵੀਰ ਜੀਰਾ ਐੱਮ ਐੱਲ ਏ ਆ ਉਹਨਾਂ ਨੇ ਘਰ ਕਾਨਫਰੰਸ ਸੱਦੀ ਸੀ ਅਤੇ ਇਹੀ ਆਖਿਆ ਸੀ ਪ੍ਰੈਸ ਨੂੰ ਆਖਿਆ ਸੀ ਵੀ ਮੈਂ ਜਿਹੜਾ ਐਤਕੀ ਜਿਹੜਾ ਇਲੈਕਸ਼ਨ ਆ ਉਹ ਸਹੀ ਸਲਾਮਤ ਕਰਾਵਾਂਗਾ ਜਿਹੜਾ ਕਿ 2022 ਦੇ ਇਲੈਕਸ਼ਨ ਨੂੰ ਲੈ ਕੇ ਕਰਾਵਾਂਗਾ ਕੀ ਲੱਗਦਾ ਵੀ ਉਹ ਜਿਹੜੀ ਗੱਲ ਨੂੰ ਕੋਈ ਸਾਬਤ ਨਹੀਂ ਹੋਈ ਮੈਂ ਵੈਸੇ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਡੇ ਮੀਡੀਆ ਦੇ ਥਰੂ ਉਸ ਐੱਮ ਐੱਲ ਏ ਐੱਮ ਐੱਲ ਏ ਨੂੰ ਵੀ ਕਿ ਤੁਸੀਂ ਇਹ ਗੱਲ ਦੱਸੋ ਕਿ ਤੁਹਾਡਾ ਵੀ ਸੈਮੀ ਫਾਈਨਲ ਸੀ ਜਿਹੜੇ ਅਸੀਂ ਕਹਿੰਦੇ ਨਾ ਆਮ ਆਦਮੀ ਪਾਰਟੀ ਜੇ ਇਲੈਕਸ਼ਨ ਪ੍ਰੋਟੈਸਟ ਕਰਦੀ ਉਹਨਾਂ ਦੇ ਮਨ ਦੇ ਵਿੱਚ ਡਰ ਸੀਗਾ ਕਿ ਸਹੀ ਪਾਰਦਰਸ਼ੀ ਢੰਗ ਨਾਲ ਜੇ ਇਲੈਕਸ਼ਨ ਹੋ ਗਿਆ ਤਾਂ ਆਮ ਆਦਮੀ ਪਾਰਟੀ ਬੜੀ ਵੱਡੀ ਜਿੱਤ ਪ੍ਰਾਪਤ ਕਰੀ ਸਾਰੇ ਪੰਜਾਬ ਵਿੱਚ ਹੀ ਅਤੇ ਜੀਰੇ ਵਿੱਚ ਖਾਸ
ਜੇ ਤੁਹਾਨੂੰ ਇਸ ਗੱਲ ਦੀ ਡਰ ਹੀ ਨਹੀਂ ਹੈਗਾ ਕਿ ਤੁਸੀਂ ਪੇਪਰ ਸਬਮਿਸ਼ਨ ਕਰਵਾਉਣ ਦਿੰਦੇ ਤਾਂ ਫਿਰ ਦੇਖਦੇ ਸਾਡੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੇ ਕੋਲ ਕਿੰਨੀਆਂ ਕੁ ਵੋਟਾਂ ਨੇ। ਪਰ ਇਹ ਸਾਰਾ ਇੱਕ ਡਰਾਮਾ ਕੀਤਾ ਗਿਆ ਸੀਗਾ ਪ੍ਰਸ਼ਾਸਨ ਵੱਲੋਂ ਵੀ ਅਤੇ ਉਹਨਾਂ ਵੱਲੋਂ ਵੀ MLA ਵੱਲੋਂ ਵੀ। ਪਰ ਮੈਂ ਫਿਰ ਦੁਬਾਰਾ ਤੁਹਾਡੇ ਮੀਡੀਆ ਥਰੂ ਇੱਕ ਮੈਂ ਜਾਣਕਾਰ ਇੱਕ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ, ਇਲੈਕਸ਼ਨ ਕਮਿਸ਼ਨ ਸ਼ਿਕਾਇਤ ਵੀ ਕੀਤੀ ਹੈ। ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਇੱਥੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਸਾਡੇ 14 ਨੰਬਰ ਵਾਰਡ ਤੋਂ, ਜਿਹੜੇ ਸਿੱਖੀ ਜਿਹੜੀ ਸਾਡੀ ਹੈ ਸਾਡੇ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ, ਹਰ ਭਗਵਾਨ ਜਿਹੜੇ 14 ਨੰਬਰ ਤੋਂ ਕੈਂਡੀਡੇਟ ਵੀ ਉਹਨਾਂ ਦੇ ਦਸਤਾਰ ਦੀ, ਅਤੇ ਖਾਸ ਕਰਕੇ ਜਿਹੜੇ ਸਾਨੂੰ 17 ਕੈਂਡੀਡੇਟ ਉਹਨਾਂ ਨੂੰ ਉਹ ਨਹੀਂ ਭਰਨ ਦਿੱਤੇ ਗਏ ਨਾਮਜ਼ਦਗੀ ਪੇਪਰ ਨਹੀਂ ਭਰਨ ਦਿੱਤੇ ਗਏ। ਇਲੈਕਸ਼ਨ ਕਮਿਸ਼ਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਜਿਹੜੇ ਰੱਦ ਕਰਵਾ ਕੇ ਜਿਹੜੀ ਇਹ ਸਾਰੇ ਇਲੈਕਸ਼ਨ ਰੱਦ ਕੀਤੇ ਜਾਣ ਸਾਰੇ ਪੰਜਾਬ ਜਿੱਥੇ ਜਿੱਥੇ ਧੱਕਾ ਹੋਇਆ, ਅਤੇ ਦੁਬਾਰਾ ਸਾਨੂੰ ਸਬਮਿਸ਼ਨ ਕਰਵਾਉਣ ਦਾ ਮੌਕਾ ਦਿੱਤਾ ਜਾਵੇ, ਕਾਗਜ਼ ਸਬਮਿਸ਼ਨ ਕਰਵਾਉਣ ਦਾ ਮੌਕਾ ਦਿੱਤਾ ਜਾਵੇ। ਹਾਂ, ਮੇਰਾ ਨਾਮ ਸੁਨੀਲ ਗਰੋਵਰ ਹੈ ਜੀ। ਮੈਂ ਵਾਰਡ ਨੰਬਰ 6 ਤੋਂ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਸੀ। ਇਹਨਾਂ ਨੇ ਜਿਹੜੇ ਕਿ ਮੌਜੂਦਾ ਸਰਕਾਰ ਹੈ, ਇਹਨਾਂ ਨੇ ਮੈਨੂੰ ਬਿਠਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਇਹਨਾਂ ਨੇ ਨਜਾਇਜ਼ ਤੌਰ 'ਤੇ ਮੇਰੇ ਘਰ ਪੰਜਾਬ ਪੁਲਿਸ ਭੇਜੀ ਅਤੇ ਧੱਕੇਸ਼ਾਹੀ ਨਾਲ ਮੈਨੂੰ ਬਹੁਤ ਧੱਕੇਸ਼ਾਹੀ ਕੀਤਾ। ਇਹਨਾਂ ਨੇ ਮੈਨੂੰ ਨਜਾਇਜ਼ ਤੌਰ 'ਤੇ ਤੰਗ ਪਰੇਸ਼ਾਨ ਕਰਕੇ ਮੇਰੇ 'ਤੇ ਨਜਾਇਜ਼ ਪਰਚਾ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਇਹਨਾਂ ਨੇ ਕਿਹਾ ਵੀ ਤੁਸੀਂ ਜਾ ਤਾਂ ਬੈਠ ਜਾਓ ਅਤੇ ਨਹੀਂ ਤਾਂ ਅਸੀਂ ਤੁਹਾਡੇ 'ਤੇ ਪਰਚਾ ਕਰਾਂਗੇ। ਜਦੋਂ ਇਸ ਸੰਬੰਧ ਵਿੱਚ ਮੈਂ ਆਪਣੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹਨੇ ਤੁਰੰਤ ਐਕਸ਼ਨ ਲੈਂਦੇ ਹੋਏ SSP ਸਾਹਿਬ ਨਾਲ ਗੱਲ ਕੀਤੀ ਅਤੇ ਜਿਸ ਦੇ ਬਾਬਤ ਮੈਂ SSP ਸਾਹਿਬ ਕੋਲ ਅਸੀਂ ਮਿਲਣ ਵੀ ਗਏ ਅਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਸਾਡੀ ਪੰਜਾਬ ਪੁਲਿਸ ਤੁਹਾਨੂੰ ਇਸ ਵਾਰ ਕਿਸੇ ਤਰ੍ਹਾਂ ਨਾਲ ਤੰਗ ਪਰੇਸ਼ਾਨ ਨਹੀਂ ਕਰੂਗੀ। ਉਹਨਾਂ ਦੇ ਆਸ਼ਵਾਸਨ ਦੇ ਸਿਰ 'ਤੇ ਜਿਹੜਾ ਕਿ ਮੈਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਉੱਥੇ ਗਿਆ, ਪਰ ਉਸ ਤੋਂ ਬਾਅਦ ਤੁਸੀਂ ਦੇਖਿਆ ਹੀ ਹੈ ਜੋ ਇਹਨਾਂ ਨੇ ਉੱਥੇ ਹਰਕਤ ਕੀਤੀ, ਇੱਟਾਂ ਰੋੜੇ ਚਲਾਏ ਗਏ ਜਿਹਦੇ ਨਾਲ ਸਾਡੇ ਕਈ ਬੰਦਿਆਂ ਦੇ ਸੱਟਾਂ ਵੱਜੀਆਂ ਅਤੇ ਉਸ ਤੋਂ ਅਸੀਂ ਕਿਵੇਂ ਨਾ ਕਿਵੇਂ ਆਪਣੀ ਜਾਨ ਦੀ ਰਾਖੀ ਕਰਦੇ ਹੋਏ ਉੱਥੋਂ ਨਿਕਲ ਕੇ ਆਏ ਉੱਥੋਂ।